हेलो दोस्तों, एफ सी आई के अंदर वाचमैन की वैकेंसी आई सी पंजाब के अंदर, मतलब कि फूड कारपोरेशन ऑफ इंडिया के अंदर मतलब कि वैकेंसी सी जी वाचमैन की पंजाब के अंदर, तो हरियाणे के अंदर भी वैकेंसी आई सी। हरियाणे का पेपर ही हो गया जी, तुहानू इहदे बारे पता वा। तो पंजाब का पेपर आना जी, तो तुहानू पहला उन्होंने एप्लीकेशन स्टेटस दिखाया सी, जिन्हां दा भी मतलब कि स्टेटस मतलब कि दिखा रहा है कि मतलब कि ठीक आ, ओके आ, मतलब कि कई तो है फोटो की दिक्कत वगैरह, तो वह तो उन्होंने कहता सी। तो पहला तो एरर आ रहा जी, कई जने चेक कर रहे थे, हुण एरर वगैरह हटाता वा जी। हुण जिहड़ा तुसीं एडमिट कार्ड अपना जिहड़ा देखण दा जिद्दां हुंदा वा, आपां रजिस्ट्रेशन नंबर ते पासवर्ड भरदे हां ते कैप्चर कोड भरदे हां जी, उस तो बाद लॉगिन जदों आपां करदे हां जी, उस तो बाद तुहाडे सामने इदां दी आउंदी आ, ते इहतों लॉगिन नाउ कर दिओ। ਤਾਂ ਇਸ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਉਹਨਾਂ ਨਾ ਰੈੱਡ ਲਾਈਟ ਦਿਖਾ ਰਿਹਾ ਵਾ। ਇਸ ਤੋਂ ਹੈ ਕਿ ਸਾਨੂੰ ਸਟੇਟਸ ਜਿਹੜਾ ਦਿਖਾਉਂਦੇ ਸੀ ਨਾ ਆਪਾਂ ਨੂੰ ਕਿ ਤੁਹਾਡਾ ਸਟੇਟਸ ਕੀ ਹੈ, ਕਿ ਐਡਮਿਟ ਕਾਰਡ ਦਾ ਸਟੇਟਸ ਓਕੇ ਹੈ ਜਾਂ ਨਹੀਂ ਓਕੇ, ਠੀਕ ਆ। ਤਾਂ ਐਲੀਜੀਬਲ ਦਿਖਾ ਰਿਹਾ ਸੀਗਾ, ਯੂ ਆਰ ਐਲੀਜੀਬਲ, ਠੀਕ ਆ। ਅਤੇ ਪਹਿਲਾਂ ਮੈਨੂੰ ਦਿਖਾ ਰਿਹਾ ਸੀ ਯੂ ਆਰ ਐਲੀਜੀਬਲ, ਹੁਣ ਮਤਲਬ ਕਿ ਕੁਛ ਨਹੀਂ ਦਿਖਾ ਰਿਹਾ। ਤਾਂ ਹੁਣ ਇਹ ਤੋਂ ਇਹ ਸ਼ੋ ਰਿਹਾ ਕਿ ਤੁਹਾਡਾ ਐਡਮਿਟ ਕਾਰਡ ਆ ਥੋੜ੍ਹੇ ਦਿਨਾਂ ਤੱਕ ਤੁਹਾਨੂੰ ਮਿਲ ਜੂਗਾ ਜੀ, ਅਤੇ ਹੁਣ ਜਲਦੀ ਤੁਹਾਨੂੰ ਪਤਾ ਲੱਗ ਜੂ ਤੁਹਾਡਾ ਪੇਪਰ ਕਿੱਥੇ ਹੋ ਰਿਹਾ ਵਾ, ਅਤੇ ਆਪਣੀ ਹੁਣ ਤਿਆਰੀ ਖਿੱਚ ਦਿਓ ਜੀ। ਅਤੇ ਟਾਈਮ ਥੋੜ੍ਹਾ ਹੀ ਆ, ਵੈਸੇ ਤਾਂ ਨੋਟੀਫਿਕੇਸ਼ਨ ਦਿੱਤਾ ਉਹਦੇ ਅਕੋਰਡਿੰਗ ਮੇ ਬੀ ਪੇਪਰ ਹੋਊਗਾ ਜੀ ਉਸ ਤਰੀਕ ਨੂੰ ਹੀ, ਅਤੇ ਬਾਕੀ ਤੁਸੀਂ ਆਪਣੀ ਤਿਆਰੀ ਰੱਖੋ ਜੀ, ਅਤੇ ਦਿਨ ਥੋੜ੍ਹੇ ਰਹਿ ਗਏ ਆ। ਅਤੇ ਹੁਣ ਸਟੇਟਸ ਵੀ ਉਹਨਾਂ ਨੇ ਐਲੀਜੀਬਲ ਸਟੇਟਸ ਵਾਲਾ ਆਪਸ਼ਨ ਡਾਲਤੀ ਆ, ਹੁਣ ਤੁਹਾਡਾ ਸਿੱਧਾ ਐਡਮਿਟ ਕਾਰਡ ਹੀ ਆਉਣਾ, ਥੋੜ੍ਹੇ ਦਿਨ ਤੱਕ ਤੁਹਾਨੂੰ ਐਡਮਿਟ ਕਾਰਡ ਮਿਲ ਜੂਗਾ ਜੀ। ਬਾਕੀ ਜਦੋਂ ਵੀ ਆਊਗਾ ਇਨਫੋਰਮੇਸ਼ਨ ਪਾ ਦਾਂਗੇ ਜੀ, ਅਤੇ ਬਾਕੀ ਆਪਣੀ ਤਿਆਰੀ ਰੱਖੋ ਜੀ। ਆਲ ਦੀ ਬੈਸਟ, ਅਤੇ ਵਾਹਿਗੁਰੂ ਮਿਹਰ ਕਰੇ।